ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਲੋਕ ਰਣ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪਿਆਰ لال ਗਰਗ ਸਾਹਿਬ ਗਰਗ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਗਰਗ ਸਾਹਿਬ ਇੱਕ ਲੜਕੀ ਬਲਵਿੰਦਰ ਕੌਰ ਜਿਹੜੀ ਸੁਸਾਈਡ ਕਰ ਜਾਂਦੀ ਹੈ ਇੱਕ ਅਧਿਆਪਕ ਸੀ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਆਗੂ ਸੀ ਉਹ ਸੁਸਾਈਡ ਇੱਕ ਨੋਟ ਲਿਕੇ ਕੁਝ ਵੱਡੇ ਜਿਹੜੇ ਹੈਗੇ ਨੇ ਨਾਮ ਵੀ ਉਹਦੇ ਚ ਮੈਨਸ਼ਨ ਕੀਤੇ ਜਾਂਦੇ ਨੇ ਸੋ ਤੁਹਾਡੀ ਕੀ ਪ੍ਰਤੀਕਿਰਿਆ ਆਈ ਸੀ ਇਸ ਦੇ ਉੱਪਰ ਕਿ ਉਹ ਲੋਕ ਜਿਹੜੇ ਜਿਨ੍ਹਾਂ ਨੇ ਸਮਾਜ ਅਕੇ ਲੈ ਕੇ ਜਾਣਾ ਸੀ ਜਿਨ੍ਹਾਂ ਨੇ ਇੱਕ ਨਵੀਂ ਕੌਮ ਦੀ ਸਿਰਜਣਾ ਕਰਨੀ ਸੀ ਕਾਫੀ ਕੁਝ ਉਹਦੇ ਚੋਂ ਡਵੈਲਪਮੈਂਟ ਹੋਣੀ ਸੀ ਸਿੱਖਿਆ ਤਾਂ ਉੱਪਰ ਤਾਂ ਕੁਝ ਹੋਣਦਾ ਨਹੀਂ ਹੈਗਾ ਅੱਜ ਜੇਕਰ ਪੰਜਾਬ ਦੇ ਵਿੱਚ ਇੱਕ ਸਿੱਖਿਆ ਅਗੂ ਦੀ ਸੁਸਾਈਡ ਹੋ ਗਈ ਡਾਕਟਰ ਸਾਹਿਬ ਤਾਂ ਆਪਾਂ ਇਸ ਦਾ ਰਿਵਿਊ ਜੱਜ ਤੇ ਗੱਲਬਾਤ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਹਾਲਾਂਕਿ ਕਈ ਨੋਟ ਵੀ ਨਿਕਲੇ ਕੀ ਆਏ ਮੈਂਟਲ ਡਿਸਟਰਬ ਦੀ ਵੀ ਗੱਲ ਚੱਲੀ ਜਦੋਂ ਸੜਕੀ ਦਾ ਨੋਟ ਪੜ੍ਹਦੇ ਆ ਤਾਂ ਉਹ ਸੱਚਮੁੱਚ ਹੀ ਇੱਕ ਬੰਦੇ ਨੂੰ ਅੰਦਰੋਂ ਝੰਜੋੜਨ ਵਾਲੀ ਗੱਲ ਹੁੰਦੀ ਹੈ ਇਹੋ ਸੋ ਇਹ ਆਪਾਂ ਕਿਸ ਖਾਤੇ ਦੇ ਵਿੱਚ ਪਾ ਸਕਦੇ ਹਾਂ ਡਾਕਟਰ ਸਾਹਿਬ ਜਿਹੜੀ ਇੱਕ ਸੁਸਾਇਡ ਬਲਵਿੰਦਰ ਕੌਰ ਕਰ ਗਈ ਜੀ ਦੇਖੋ ਕਿ ਸਭ ਪਹਿਲੀ ਗੱਲ ਇਹ ਵੀ ਬਹੁਤ ਮਾਰੀ ਘਟਨਾ ਹੈ ਬਹੁਤ ਅਫਸੋਸ ਹੈ ਇਸ ਦਾ ਕਿ ਇੱਕ ਯੰਗ ਲੜਕੀ ਨੂੰ ਖੁਦ ਕੁਛੇ ਕਰਨੀ ਪਈ ਹੈ ਸੌ ਕਾਰਨ ਹੋ ਵੀ ਸਕਦੇ ਨੇ ਪਰ ਇੱਕ ਫੁਲਕਸ਼ੀਆਂ ਦੀ ਖੇਤੀ ਹੋ ਰਹੀ ਹੈ ਪੰਜਾਬ ਵਿੱਚ ਜੋ ਕਿਸਾਨ ਕਰ ਰਹੇ ਨੇ ਚਾਹੇ ਮੁਲਾਜਮਾਂ ਦੇ ਨੌਕਰੀ ਲੈਣ ਵਾਸਤੇ ਕਰ ਰਹੇ ਚਾਹੇ ਉਹ ਨਸ਼ਾ ਦੇ ਨਾਮ ਨੌਜਵਾਨ ਮਾਰੇ ਹੈ ਇਹ ਜਿਹੜੀ ਸਾਡੇ ਖੁਦਕਸ਼ੀਆਂ ਦਾ ਰੁਝਾਨ ਵਧ ਰਿਹਾ ਦਿਨ ਬਦਲ ਉਹਦੇ ਕਾਰਨ ਕਿ ਹੱਲ ਦੱਬੇ ਤੋਂ ਬਿਨਾ ਅਸੀਂ ਜੇ ਕਿਹਾ ਇੱਕ ਕੇਸ ਨੂੰ ਕੀਆ ਤੁਸੀਂ ਕੋਰਟ ਚ ਲੈ ਜਾਓਗੇ ਉਹਦੀ ਕੰਪਨਸੇਸ਼ਨ ਮੰਗ ਲਓਗੇ ਸੱਜਾ ਦਵਾਦੋਗੇ ਇਸ ਤਰ੍ਹਾਂ ਨਹੀਂ ਅਗਰ ਨਾ ਕਿਸੇ ਨੂੰ ਦੋਸ਼ੀ ਠਹਿਰਾ ਦੋਗੇ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਸਾਡੀ ਜਿਹੜੀ ਸਿਆਸਤ ਦਾ ਸਮੱਸਿਆ ਸਾਡੀ ਇਹ ਵੀ ਸਾਡਾ ਪ੍ਰਸ਼ਾਸਨ ਤੇ ਸਾਡਾ ਜਿਹੜਾ ਸਿਆਸਤ ਮਾਮਲੇ ਦੀ ਗੰਭੀਰਤਾ ਨੂੰ ਦੇਖਦਾ ਅੱਜ ਐਮਪਲਾਈ ਜਿਹੜੇ ਨੇ ਕਿ ਕੁੜੀ ਵੀ ਉਹਨਾਂ ਕੀ ਸ਼ਾਮਲ ਹੈ ਐਮਪਲਾਈ ਜਿਹੜੇ ਨੇ ਕਿਉਂਕਿ ਐਮਪਲਾਈ ਨੂੰ ਸਹਾਬ ਹੋ ਜਾਂਦਾ ਮਿਲਦੀ ਹੈ ਜ਼ਿੰਮੇਵਾਰੀ ਕੋਈ ਹੈ ਨਹੀਂ ਇਸ ਕਰਕੇ ਹਰੇਕ ਬੰਦਾ ਸਰਕਾਰੀ ਨੌਕਰੀ ਲੈਣ ਵਾਸਤੇ ਸ਼ਾਮ ਦਾਮ ਦੰਡ ਭੇਦ ਵਰਤਦਾ ਉਹਦੇ ਵਾਸਤੇ ਟੈਂਕੀਆਂ ਤੇ ਚੜਦੇ ਨੇ ਟਰਾਲਾ ਭਿੰਡਰ ਦੇ ਵਿੱਚ ਪੈਟਰੋਲ ਪਾਕ ਅਕਾਲੀ ਮੀਨਿਪਾਲ ਦੇ ਵਿੱਚ ਪੈਟਰੋਲ ਦੇ ਕਿ ਜਲ ਰਹੇ ਉਹ ਕੁੱਤੇ ਨੂੰ ਲੈਣਾ ਆਪਣੇ ਉੱਤੇ ਪੈਟਰੋਲ ਪਾ ਲੈ। ਜੇ ਪਟਿਆਲੇ ਦੇ ਵਿੱਚ ਸ਼ਾਇਦ ਉਹਦੋਂ ਕਾਂਗਰਸੀ ਸਰਕਾਰ ਸੀ। ਇੱਕ ਬੰਦਾ ਪਟਿਆਲੇ ਬੱਸ ਸਟੈਂਡ ਦੇ ਅੱਗੇ ਰੈਲੀ ਕਰਦਾ ਇਸ ਤਰ੍ਹਾਂ ਭਾਈ ਪੈਟਰੋਲ ਪਾਕਸਾ ਲਈ ਅਸੀ ਉੱਤੇ ਤੇ ਪਾਕ। ਸੋ ਇਹ ਬੜਾ ਕੁਛ ਚੰਦਾ ਹੁਣ ਤਨਖਿਆਂ ਤੇ ਚੰਨਾ ਆਮ ਰਵਾਜ ਹੋ ਗਿਆ। ਧਮਕੀਆਂ ਦੇ ਵੀ ਆਮ ਰਵਾਜ ਹੋ ਗਿਆ ਕਿਉਂਕਿ ਤਨਖਾਹਾਂ ਦੇ ਵਿੱਚ ਘਾਇਬ ਹੋਣਾ ਵੱਡਾ ਹੈ ਪ੍ਰਾਈਵੇਟ 'ਚ ਹੈ ਨਹੀਂ। ਸੋ ਇਹਦਾ ਮਤਲਬ ਸਰਕਾਰ 'ਚ ਕਿਤੇ ਨਾ ਕਿਤੇ ਵੱਡਾ ਨੁਕਸਾਨ ਹੈ। ਜੀ ਦੇ ਨਾਲ ਉਹ ਪ੍ਰਾਈਵੇਟ ਤੇ ਸਰਕਾਰੀ ਦੀ ਤਨਖਾਹ ਦਾ ਜਿਹੜਾ ਪੜਾ ਹੈ ਕਿੰਨਾ ਵੱਡਾ ਇੱਕ ਤੋਂ ਨਹੀਂ ਕਟਾਉਂਦੀ ਦੂਜਾ ਸਰਕਾਰੀ ਚ ਜਿੰਮੇਵਾਰੀ ਚ ਨਹੀਂ ਕਰਦੀ ਵੀ ਤੁਹਾਨੂੰ ਕੰਮ ਤਾਂ ਕਰਨੇ ਪਊਗਾ ਜੇ ਤੁਸੀਂ ਸਰਕਾਰੀ ਸਭ ਕੁਝ ਮਿਲਣਾ ਹੈ ਤੇ ਕੰਮ ਦੀ ਕੋਈ ਜਿੰਮੇਵਾਰੀ ਨਹੀਂ ਤੇ ਫਿਰ ਹਰ ਇੱਕ ਬੰਦਾ ਸਰਕਾਰੀ ਵਾਸਤੇ ਭੈੜਾ ਪੈਸੇ ਵੀ ਦਿੰਦਾ ਉਹ ਨਕਲ ਵੀ ਮਾਰਦਾ ਉਹ ਮਾਫੀਆ ਦੇ ਨਾਲ ਵੀ ਰਲਦਾ ਉਹ ਸਾਰਾ ਕੁਝ ਕਰਦਾ ਜੇ ਉਹ ਆਪ ਦੇ ਆਪ ਨੂੰ ਕਾਇਮ ਰੱਖਣ ਵਾਸਤੇ ਸੌ ਝੂਠ ਸੁਣਾਉਣਾ ਬੋਲਦਾ ਇਹ ਸਾਰਾ ਕੁਝ ਹੀ ਚੰਕਲੇ ਹਨੇ ਗਿਆਨ ਸੌ ਝੁੰਡਾ ਇਹ ਜਿਹੜੀ ਸਾਕ ਪ੍ਰੋਫੈਸਰਾਂ ਭਰਤੀ ਕਰੀ ਗਏ ਇਹਨਾਂ ਦੀ ਭਰਤੀ ਪ੍ਰਕਿਰਿਆ ਮੁੱਢੋਂ ਤੋਂ ਹੀ ਗਲਤ ਸੀ ਤੇ ਸੁਪਰੀਮ ਹਾਈ ਕੋਰਟ ਨੇ ਉਹ ਰੱਦ ਕਰੀ ਹੈ ਇਹ ਜਿਹੜੀ ਗਲਤ ਸੀ ਉਹ ਗਲਤ ਸੀਗੀ ਉਹਦੇ ਵਿੱਚ ਯੂਨੀਵਰਸਿਟੀਆਂ ਨੂੰ ਦਿੱਤਾ ਗਿਆ ਯੂਨੀਵਰਸਿਟੀਆਂ ਦੇ ਉੱਤੇ ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ ਠੀਕ ਨਹੀਂ ਕਰਿਆ ਪੇਪਰ ਜੇ ਉਹ ਪੇਪਰਾਂ ਨੇ ਦੋਸ਼ ਲੱਗਣ ਕਰਕੇ ਲੋਕ ਕੌਂਚ ਗਏ ਜੇ ਕਿਤੇ ਪੇਪਰ ਠੀਕ ਕਰਕੇ ਇਹਨਾਂ ਨੇ ਇਮਤਿਹਾਨ ਲੈ ਆ ਹੁੰਦਾ ਤਾਂ ਫੇਰ ਹੋਉ ਕਿਉਂਕਿ ਉਸ ਵਕਤ ਦੇ ਮੰਤਰੀ ਨੇ ਤੈਨੂੰ ਖੁਦ ਦਿੱਤੀ ਸੀ ਵੀ ਤੁਸੀਂ ਯੂਨੀਵਰਸਿਟੀਆਂ ਇਮਤਿਹਾਨ ਲੈ ਕੇ ਭਰਤੀ ਕਰੋ ਅਸੀਂ ਤਾਂ ਦਸਕਦ ਕਰਾਂਗੇ ਕੋਈ ਇੰਟਰਵਿਊ ਦਾ ਵੀ ਨੰਬਰ ਨਹੀਂ ਰੱਖਿਆ ਸੀ। ਕਿ ਫਿਰ ਹੁਣ ਇਹਦੇ ਚ ਸ਼ਸਤੀ ਦਾਖਨੇ ਉੱਥੇ ਅਕੈਡਮੀ ਸੀ ਜਿਹੜੇ ਕਹਿੰਦੇ ਨੇ ਆਉਂਦੇ ਆਪ ਨੂੰ ਉਹਨਾਂ ਦਾ ਪੱਠਾ ਹੋ ਗਿਆ। ਉਹਨਾਂ ਨੇ ਇੱਜਦਾ ਵੱਡਾ ਕੱਪੜਾ ਘਰਤਾ ਉਹ ਕੱਪੜਾ ਵੀ ਕਰਿਆ ਤੇ ਸਾਕੇ ਦਰਵੰਦ ਨਹੀਂ ਕਿ ਲੋਕਾਂ ਦੀ ਬੇਚੈਨੀ ਕਾਹੀ ਹੁੰਦੀ ਹੈ। ਉਹ ਮੈਂ ਦੇਖਿਆ। ਬਾਬਾ ਸਿੰਘ ਜੀ ਯੂਨੀਵਰਸਿਟੀ ਹਰ ਸਾਲ ਪੇਪਰ ਵੀ ਕਰਦੀ ਸੀ। ਲੋਕਾਂ ਦੇ ਵਿੱਚ ਬੇਚੈਨੀ ਨਹੀਂ ਰਹਿੰਦੀ ਸੀ। ਮੈਂ ਉੱਥੇ ਰਜਿਸਟਰਰ ਗਿਆ ਜਾਨ ਸਰ ਤੇ ਇੱਧਰ ਨਹੀਂ ਕੰਮ ਕਰਦਾ। ਲੋਕਾਂ ਦਾ ਅਸਹਿਸ ਕਰਦੇ ਸੀ ਵੀਰ ਕਮਾਲ ਕਰਤੀ ਹੈ। ਜੇ ਤੁਸੀਂ ਆਪ ਦਾ ਵਿਸ਼ਵਾਸ ਹੀ ਨਹੀਂ ਬਹਾਲ ਕਰ ਸਕਦੇ ਲੋਕਾਂ 'ਚ ਇਹਨਾਂ ਨੇ ਯੂਨੀਵਰਸਿਟੀਆਂ ਨੇ ਦਸਾਂ ਇਹਨਾਂ ਵਾਸਤੇ ਦਿੱਲੀਪਾਨੇ ਚਿਕੜ ਟੁੱਟਿਆ ਇਹਨਾਂ ਤਾਂ ਕਦੇ ਇੰਨੀ ਭਰਤੀ ਦੇਖੀ ਵੀ ਨਹੀਂ ਸੀ ਵੀ 1158 ਬੰਦਿਆਂ ਦੀ ਭਰਤੀ ਦੋ ਵਜੇ ਚੰਤਰ ਨੂੰ ਮਿਲ ਗਈ ਸੋ ਇਸ ਕਰਕੇ ਇਹ ਉਹਦੇ ਚ ਗਲਮਲ ਹੋਈ ਉਹਨੇ ਮੇਰੇ ਕੋ ਪਈਆਂ ਨੇ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਹੁਣ ਰਿਕਰੂਟਮੈਂਟ ਨਹੀਂ ਕਰਨੀ ਹੈ ਜੀ ਇਹਨਾਂ ਨੇ ਰਾਤ ਨੂੰ ਆਰਡਰ ਦਿੱਤੇ ਉਹਨਾਂ ਨੇ ਮੈਡੀਕਲ ਕਰਾਈ ਔਰ ਮੈਡੀਕਲ ਵੀ ਜਿਹੜਾ ਮੈਡੀਕਲ ਬੋਰਡ ਤੋਂ ਹੋਣਾ ਸੀ ਉਹ ਦੀ ਵਜ੍ਹਾ ਡਿਸਟ੍ਰਿਕਟ ਤੋਂ ਹੀ ਕਰਾਉਣ ਦੀ ਗੱਲ ਸੀ ਕਿ ਸਕੀਮ ਬਣਾਵੀ ਜਦ ਤੁਸੀਂ ਕਾਨੂੰਨ ਨੂੰ ਹਰ ਤਰ੍ਹਾਂ ਤੋਂ ਰੋਕੀ ਪੀਪੀਐਸਸੀ ਜੋ ਪੋਸਟਾਂ ਵਾਸਤ ਨਹੀਂ ਸੀ ਉਹ ਲੈਣ ਦੀ ਨਹੀਂ ਕਰੀ ਸੋ ਜਦ ਤੁਸੀਂ ਕਮੇਟੀ ਜਿਹੜੀ ਕੈਬਨਿਟ ਦੇ ਪਾਸ ਹੋਈ ਉਹਦੀ ਵਜ੍ਹਾ ਹੋਰ ਕਮੇਟੀਆਂ ਬਣਾਤੀਆਂ ਦੋ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਰ ਨੂੰ ਵਿੱਚ ਪਾਉਣਾ ਸੀ ਵਾਈਸ ਚਾਂਸਰ ਕਹੇ ਵੀ ਮੈਨੂੰ ਵੀ ਅਮਦ ਸਾਧੂ ਦੀ ਕਮੇਟੀ ਬਣਾਓ ਅੰਦੇ ਹੁਣੋਂ ਦੇ ਤੇ ਦੇਉਣ ਦੇ ਤੇ ਨਵੀਆਂ ਕਮੇਟੀਆਂ ਬਣਾਤੀਆਂ ਇਹ ਦੋਹਾਂ ਗੱਲਾਂ ਦੇ ਉੱਤੇ ਸੈਕਟਸਾਈਜ਼ ਹੋਇਆ ਵੀ ਨਾ ਤਾਂ ਪੀਪੀਐਸਸੀ ਜੋ ਤੁਸੀਂ ਪੋਸਟਾਂ ਵਾਸ ਨਹੀਂ ਆ ਨਾ ਤੁਸੀਂ ਕੈਬਨਿਨਟ ਦਾ ਜਿਹੜਾ ਫੈਸਲਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਉਹਨੂੰ ਤਰੰਤ ਤੁਸੀਂ ਬਦਲਤਾ ਤੀਜਾ ਤੁਸੀਂ ਜਿਹੜੇ UGC ਦੇ ਨਿਯਮ ਸੀ ਉਹ ਵੀ ਲਾਗੂ ਨਹੀਂ ਕਰੇ ਹੁਣ ਤੁਸੀਂ ਇੱਕ ਭਰਤੀ ਹੋ ਰਹੀ ਆ ਉਸ ਭਰਤੀ 'ਚ ਨਾ ਤੁਸੀਂ UGC ਦੇ ਨਿਯਮ ਲਾਗੂ ਕਰਦੇ ਹੋ ਨਾ ਤੁਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਿਯਮ ਲਾਗੂ ਕਰਦੇ ਹੋ ਨਾ ਤੁਸੀਂ ਉਹਦੇ 'ਚ ਟਰਾਂਸਪੇਰੈਂਸੀ ਰੱਖਦੇ ਹੋ ਨਾ ਤੁਸੀਂ ਜਿਹੜਾ ਕੈਬਨਿਟ ਨੇ ਤੁਹਾਡੀ ਨੇ ਫੈਸਲਾ ਕਰਤਾ ਉਹਨੂੰ ਲਾਗੂ ਕਰਦੇ ਹੋ ਫੇਰ ਭਾਈ ਕਿਵੇਂ ਮੰਨਿਆ ਜਾਵੇ ਕਿ ਸਰਕਾਰ ਚੱਲਦੀ ਆ ਅੱਜ ਮੈਂ ਪ੍ਰਗਤੀ ਸਿੰਘ ਕੀ ਦਾ ਬਿਆਨ ਸੁਣ ਰਿਹਾ ਸੀ ਉਦੋਂ ਵੀ ਉਹਨਾਂ ਤੋਂ ਬਿਆਨ ਦਵਾਇਆ ਗਿਆ ਵੀ ਨਹੀਂ ਨਹੀਂ ਕੋਈ ਗਲਵੱੜ ਨਹੀਂ ਹੋਈ ਜੇ ਆਪਾਂ ਨੂੰ ਪਤਾ ਗਿਆ ਜੋ ਹਾਲ ਹੋਇਆ ਸੀ ਫਿਰ ਜਦ ਹਾਈ ਕੋਰਟ ਨੇ ਆਰਡਰ ਕਰਤਾ ਕਿ ਤੁਸੀਂ ਨਹੀਂ ਕਰਨਾ ਇਹ ਫੇਲ ਕਰੀ ਗਏ ਰਿਕਾਰਡ ਸੀਵ ਕਰਨ ਵਾਸਤੇ ਕਿਹਾ ਸੈਕਟਰੀ ਨੇ ਫੇਰ ਨਹੀਂ ਕਰਿਆ ਹਾਈ ਕੋਰਟ ਨੂੰ ਇਹਨਾਂ ਨੂੰ ਕੰਡਕਟ ਨੋਟਸ ਜਾਰੀ ਕਰਨਾ ਪਿਆ ਸੈਕਟਰੀ ਤੇ ਡੀਪੀਆਈ ਇਹ ਗੱਲ ਸੰਜਨਦੀ ਰੋੜ ਹੈ ਫਿਰ ਉਹਨਾਂ ਨੂੰ ਹਾਈ ਕੋਰਟ ਨੂੰ ਮਾਨਜੋਗ ਨੂੰ ਇਹ ਕਹਿਣਾ ਪਿਆ ਕਿ ਕੀਪ ਸੈਕਟਰੀ ਸੀਵ ਕਰੇ ਇਹਨਾਂ ਦਾ ਰਿਕਾਰਡ ਜਦ ਇਹਦਾ ਮਤਲਬ ਇਹਨਾਂ ਤੇ ਵਿਸ਼ਵਾਸ ਨਹੀਂ ਹੈ ਹਾਈ ਕੋਰਟ ਨੂੰ ਮੈਂ ਤਾਂ ਹਾਈ ਕੋਰਟ ਦੇ ਹੁਕਮ ਤੁਸੀਂ ਹਾਈ ਕੋਰਟ ਦੇ ਹੁਕਮ ਨਹੀਂ ਪਾਲਨ ਕਰਦੇ ਤੁਸੀਂ 380 ਦੇ ਰੂਲ ਨਹੀਂ ਫਾਲੋ ਕਰਦੇ ਤੁਸੀਂ ਆਪਣੀ ਕੈਬਨਿਟ ਦੇ ਫੈਸਲੇ ਨਹੀਂ ਕਰਦੇ ਤੁਸੀਂ ਜੂਜੀਸੀ ਦੇ ਨਿਯਮ ਨਹੀਂ ਫਾਲੋ ਕਰਦੇ ਤੁਸੀਂ ਕਰੋਗੇ ਕੀ ਫਿਰ ਕੀ ਕਰਨਾ ਚਾਹੁੰਦੇ ਸੋ ਇਹਦਾ ਮਤਲਬ ਸਾਰੀ ਭਰਤੀ ਕਪੜੇ ਵਾਂਜੀ ਚ ਹੋਈ ਹੋਈ ਸੀ ਹਰ ਥਾਂ ਤੇ ਕਪੜਾ ਸੀ ਉਹ ਕੋਲ ਵਕਰੀ ਹੈ ਕਿਹੜਾ ਕਪੜਾ ਉੱਥੇ ਹਾਈ ਕੋਰਟ ਤੇ ਡਿਸਕਸ ਹੋ ਕੇ ਕਦੇ ਨਹੀਂ ਉਹਦੇ ਜੁਗਾ ਚੁੰਜ ਚੱਟਾ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦੇ ਨਹੀਂ ਕਿ ਆਹ ਗੱਲ ਤਾਂ ਕਹੀ ਨਹੀਂ ਕਿਸੇ ਨੇ ਆਹ ਤਾਂ ਕਹੀ ਨਹੀਂ ਆਹ ਫਲਾਨੀ ਨਹੀਂ ਕਹੀ ਇਹ ਸਾਰਾ ਕੁਝ ਰਲਵਾ ਮੇਨਵਾ ਸੀ ਇਹ ਸਾਰੇ ਕਸੇਦਾਂ ਦਾ ਜਨਮ ਨਿਕਲਿਆ ਬੜੇ ਵੱਡਾ ਕਾਰਨ ਉਹਦਾ ਏਸੀ ਵੀ ਜਿਹੜਾ ਵਕੀਤਾ ਹੋ ਗਿਆ ਸੀ ਹੋ ਗਿਆ ਸੀ ਵੱਡਾ ਕਪੜਾ ਏ ਸੀ ਤੇ ਇਸ ਤਰ੍ਹਾਂ ਚ ਵੱਡਾ ਕਪੜਾ ਦਾ ਰੋਲਾ ਪੈ ਗਿਆ ਦੂਜੀ ਗੱਲ ਜਿਹੜੇ ਪਹਿਨੇ ਲੱਗੇ ਹੋ ਸੀ ਉਹਨਾਂ ਨੂੰ ਨੰਬਰ ਦੇਣ ਜਾਂ ਨਾਂ ਦੇਣ ਦਾ ਰੋਲਾ ਪੈ ਗਿਆ ਉਹਦੇ ਚ ਆਪਣਾ ਹਫੜਾ ਸਭਲੀ ਫੇਰ ਕੇ ਸੋ ਇਹਦੇ ਚ ਜਿਹੜਾ ਉਸ ਵਕਤ ਡੀਪੀਏ ਸੀ ਉਹਦੇ ਬਾਅਦ ਦੇ ਵਿੱਚ ਬੜੇ ਕਿਸੇ ਖੁੰਦੇ ਕੋਈ ਨਹੀਂ ਆ ਇਹ ਸਭ ਸੱਚ ਸੀ ਜੇ ਮੈਲਥਨੋਸ ਵਰਗਾ ਜਾਂਦਾ ਸੀ ਉਹ ਪੀਸੀ ਹੁੰਦਾ ਸੀ ਕੀ ਹੁੰਦਾ ਸੀ ਇਹ ਉਹਦੇ ਬੜੇ ਕਿਸੇ ਖੁੰਦੇ ਕੋਈ ਨਹੀਂ ਅਜਦਾ ਮਤਲਬ ਹੈ ਵੀ ਜਿਹੜੀ ਇਹਨਾਂ ਨੇ ਉਦੋਂ ਵਾਹੀ ਉਦੋਂ ਤਾਂ ਆਪਾਂ ਦਾ ਪਿਤਾ ਕੀ ਵੀ ਕੀ ਪਤਾ ਕੀ ਕੁਛੰਦਾ ਹੋਵੇ ਕਿਉਂਕਿ ਜੀਨੋ ਤਨਸਵਾ ਨਹੀਂ ਮਦਨੀ ਤੰਨਾ ਨਹੀਂ ਤੰਨਾ ਨੇ ਜਿਲੇ ਪ੍ਰਾਣੇ ਲੱਗਣ ਚਿੰਤਨ ਨਾ ਖੜਵੀਆ ਤੁਹਾਨੂੰ ਆਇ ਲੱਚਿਰਾਂ ਨਾਲ ਸਾਦੇ 3.5 ਲੱਖ ਰੁਪਏ ਤਾਂ ਡਿਕਰੀ ਨਹੀਂ ਇਕੱਠੀ ਹੁੰਦੀ ਸੋ ਅਗਲਾ ਕੰਮ ਕੋਈ ਹੈ ਨਹੀਂ ਬੇਲੇ ਰਹਿਣਿਆ ਆਇਸ਼ ਕਰ ਜਾਂ ਕਹਿੰਦੇ ਲੋਕਿੰਕੇ ਸਾਲ ਸਾਲ ਉਹ ਮਿੱਟੀ ਨਮਤੀ ਹੁੰਦਾ ਉਹਨੂੰ ਇਹ ਕਹਿੰਦੇ ਇਹ ਹੋਆ ਸੋ ਮੈਂ ਤਾਂ ਕਹਿੰਨਾ ਵੀ ਇਹਦੇ ਵਿੱਚ ਆ ਆ ਪੁੱਛ ਲੱਗੇ ਹੋਏ ਨੇ ਆ ਦੇਖੋ ਤਨੁਬੀ ਚਲਕ ਰਿਹਾ ਹੈ। ਇਹ ਕੋਈ ਆਇਤਾ ਨਹੀਂ ਵੀ ਇੱਕ ਨਿਕਲਿਆ। ਹਾਈ ਕੋਰਟ ਨੇ ਰਿਟ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਸਟੇਟਸ 88 ਪੇਜ ਦੀ ਹੋ ਜਜਮੈਂਟ ਹੈ। ਹਾਈ ਕੋਰਟ ਨੇ ਆਇ ਨਹੀਂ ਵੀ ਉਹਦੇ ਹੀ ਜਜਮੈਂਟ ਕਰਤੀ। ਜਿੰਨੇ ਵਕੀਲ ਉੱਥੇ ਪੀਰ ਹੁੰਦੇ ਸੀ। ਇਹ ਬੜੇ ਦਾਣਸ਼ਮੰਦ ਵਕੀਲ ਸੀਗੇ। ਅਸ਼ੋਕਪਾਲ ਜੀ ਸੀਗੇ, ਰਜਵਿੰਦਰ ਸਿੰਘ ਬੈਂਸ ਜੀ ਸੀਗੇ। ਇਹ ਜਿਹੜੇ ਸਿਲੈਕਟ ਹੋ ਸੀ ਉਹਨਾਂ ਬਣੇ। ਅੱਗੇ ਦੇ ਦੇ ਵਕੀਲਾਂ ਨੇ ਜੇ ਆਪਦੀ ਗੱਲ ਰੱਖਤੀ ਉੱਥੇ ਉਦੋਂ ਬਾਅਦ ਵੀ ਹਾਈ ਕੋਰਟ ਨੂੰ ਮਾਜੋਗ ਨੂੰ ਉਹ ਰਦ ਕਰਨੀ ਪਈ ਆ ਪਰ ਕਿਤਾ ਤਾਂ ਮੈਂ ਦਮ ਨਹੀਂ ਸੀ ਤਾਂ ਚਾ ਵਕੀਲਾਂ ਦਾ ਦਮ ਹੁੰਦਾ ਦਲੀਲ ਦੇਣ ਦਾ ਫੈਂਚਾ ਦਮ ਨਹੀਂ ਨਾ ਤਾਂ ਸਾਰੇ ਉਲਟ ਸੀਗੇ ਸੋ ਜੇ ਤੁਸੀਂ ਸਿਸਟਮ ਨੂੰ ਪੋੜ ਕੇ ਸਭੀ ਦਰਮੋਤ ਇਸ ਨੂੰ ਸਭ ਤੋਂ ਵੱਡਾ ਨੁਕਸਾਨ ਹੈ ਹੁਣ ਵੀ ਪਬਲਿਸਿਟੀ ਜਿਹਨੇ ਬਿਆਨ ਦਿੱਤਾ ਮੈਂ ਕਿਹਾ ਜਾ ਰਿਹਾ ਹੈ ਜੇ ਤੁਸੀਂ ਕਹਿੰਦੇ ਆ ਇੱਕ ਮੇਰੇ ਕੋਲ ਕਾਗਜ਼ ਹਾਲਾਂਕਿ ਮੈਨੂੰ ਇਹ ਗਲਤ ਲੱਗਦਾ ਮੈਨੂੰ ਇਹ ਆ ਨਹੀਂ ਮਤਲਬ ਗੱਲ ਤਾਂ ਮੈਂ ਸੱਚੀ ਹੋਵੇ ਸਾਰੇ ਗੱਲ ਉਦੇ ਪ੍ਰਾਅ ਦੀ ਲਿਖੀ ਲੱਗਦੀ ਨਹੀਂ ਮੈਨੂੰ ਮੈਨੂੰ ਸ਼ੰਕਾ ਹੈ। ਇਹ ਉਦੇ ਪ੍ਰਾਅ ਨੇ ਲਿਖੀ ਹੋਵੇ। ਕਿ ਜੇ ਸੱਚੀ ਮੁੱਚੀ ਵੀ ਰਿਸ਼ੀ ਹੋਵੇ ਜਾਂ ਨਾਮ ਹੀ ਲਿਖੀ ਹੋਵੇ ਪਰ ਗੱਲ ਤੱਤ ਤਾਂ ਆਏ ਨੇ ਵੀ ਉਹਦਾ ਘਰਾਂ ਤੋਂ ਤੰਗ ਸੀ ਇਹਦੇ ਵਿੱਚ ਉਹਦਾ ਮੋਬਾਈਲ ਦੇ ਵਿੱਚ ਕੋਈ ਮੈਸੇਜ ਸੀ ਕਿ ਘਰ ਵਾਲੇ ਨੂੰ ਉਹ ਤਾਂ ਦੇਖੀਂ ਵੀ ਲੋੜ ਹੀ ਹੈ ਤਾਂ ਤੀਸ ਤੋਂ ਸਾਰਾ ਕੁਝ ਹੋਣਾ ਚਾਹੀਦਾ। ਕਿ ਜਿਹੜਾ ਇਹ ਕਹਿਣਾ ਹੈ ਵੀ ਮੰਤਰੀ ਉਹ ਮੈਂ ਮੰਤਰੀ ਦੇ ਬੜਾ ਖਿਲਾਫ ਹਾਂ ਸੱਚੀ ਗੱਲ ਤੁਹਾਨੂੰ ਦੱਸ। ਕਿਉਂਕਿ ਮੰਤਰੀ ਨੇ ਕੋਈ ਐਸਾ ਕੰਮ ਨਹੀਂ ਕਰਿਆ ਸਿੱਕੇ ਮੰਤਰੀ ਨੇ ਹਰ ਐਜੂਕੇਸ਼ਨ ਤੋਂ ਦਿਨਾਂ ਪੱਠਾ ਬਿਠਾ ਬਿਠਾਇਆ ਹੈ। ਉਹ ਲੋਟਿਕੋ ਜੂ ਨੇ ਕਦੇ ਕੰਮੀ ਨਹੀਂ ਕਰਿਆ ਕਿ ਜਿਹੜਾ ਉੱਥੇ ਜਵਾਬ ਦੇ ਰਹੇ ਸੀ ਉਹ ਜਦ ਆਪਣੇ ਖੇਰਾ ਸਾਹਿਬ ਨੇ ਸਵਾਲ ਪੁੱਛਿਆ ਤਾਂ ਉਹ ਬਹਾਨਾ ਕੇ ਜਵਾਬ ਦੇ ਰਹੇ ਸੀ ਐਦਾਂ ਤਰੀਕਾ ਨਹੀਂ ਆ ਪਾਲੋ ਆਇ ਕਿ ਇਹ ਕਹਣਾ ਬਿਣੀ ਗਣਾਂ ਦਾਂਸ ਬੰਦ ਕਹਿੰਦੇ ਨੇ ਮੰਤਰੀ ਰਸੀਫਾ ਦੇਵੇ ਜੀ ਮੰਤਰੀ ਮੰਤਰੀ ਦਾ ਨਾਮ ਲਿਖਦਾ ਮੰਤਰੀ ਦੀ ਇਨਵੋਲਵਮੈਂਟ ਦਾ ਦੇਖੋ ਨਾ ਕੋਈ ਹੈ ਨਾ ਤੇ ਕੋਈ ਵੀ ਲਿਖ ਦੇਗਾ ਫੇਰ ਤਾਂ ਜੇ ਐਂ ਕਰਨਾ ਹੈ ਫੇਰ ਤਾਂ ਰਾਸ਼ਟਰਪਤੀ ਦਾ ਗਿਨੂ ਮਿਜੂ ਮੇ ਵੜਾ ਦਿਓ ਲੈਕਪੀ ਇਹਨਾਂ ਦਾ ਜਿਹੜਾ ਰਿਹਾ ਸੀ ਉਨੇ ਸਰਕਾਰ ਚ ਵੀ ਉਹ ਸੈਕਿੰਗ ਉਹਦੇ ਡਾਕਟਰ ਦੇ ਬਾਹਰ ਬੈਠ ਕੇ ਕੁੜੀਆਂ ਨੇ ਸੁਈ ਸਾਲ ਕਰ ਰਹੀ ਸੀ ਟੀਚਰ ਨੇ ਉਹ ਉਹਨੂੰ ਤਾਂ ਕਿਹਾ ਕਿਉਂ ਪੋਲਿਟਿਸ਼ੀਨ ਕੁੜੀਆਂ ਦੀਆਂ ਅਜਿਹਾ ਲੱਗ ਮਤਾਂ ਕਿੰਨੀਆਂ ਚਿੰਤਾ ਲੱਗੇ ਹੋਏ ਨੇ ਇਸ ਕਰਕੇ ਕਰੀ ਜਾਂਦੇ ਨੇ ਇਹ ਮੰਤਰੀ ਜਿੰਨਾ ਮਰਜ਼ੀ ਮਾੜਾ ਹੋਵੇ ਇਹ ਸੁਈਸਾਈਡ ਦੇ ਵਿੱਚ ਮੰਤਰੀ ਵੀ ਕੋਈ ਭੂਮ ਕੰਨੀਆਂ ਹਾਈ ਕੋਰਟ ਨੇ ਫੈਸਲਾ ਕਰਿਆ ਹੋਇਆ ਉਹ ਵਿੱਚ ਐਲ ਪੀਏ ਤੈ ਹੋਈ ਹੈ ਕਿ ਐਲ ਪੀਏ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਰਹੂਗਾ ਜਿੰਨਾ ਕੋਰਟ ਚ ਕੇਸ ਆ ਉਹਦੇ ਉੱਤੇ ਪੋਲੀਟੀਕਲ ਕੀ ਕਰਨਗੇ ਅਗਲੀ ਗੱਲ ਉਹ ਇੰਨਾ ਸਿੰਪਲ ਹੈ ਨਹੀਂ ਇਹਦੇ ਤੇ ਜੁਡੀਸ਼ੀਅਲ ਜਾਂਚ ਕਰਾ ਲੈਣ ਵੀ ਕੀ ਕੀ ਕਿੱਥੇ ਕੀ ਆ ਤਾਂ ਤੁਮ ਉਸ ਕਰਕੇ ਕਹਦਾ ਉਹ ਨਹੀਂ ਇਹ ਤਾਂ ਕਿਸੇ ਦਾ ਕੋਈ ਕਸੂਰ ਨਹੀਂ ਇਹ ਆਮ ਹੀ ਹੁੰਦਾ ਹੁੰਦਾ ਹੈ ਯੂਨੀਵਰਸ ਜਿਵੇਂ ਇਹ ਕਰ ਦਿਆ ਨੇ ਪੇਪਰ ਵੀ ਕਰਕੇ ਪਿੱਛੋਂ ਕਹਿੰਦੇ ਆ ਕਿ ਕਿਸੇ ਦਾ ਕੋਈ ਕਸੂਰ ਨਹੀਂ ਰਲੇ ਹੁੰਦੇ ਨੇ ਸਾਰੇ ਚੋਰ ਤੇ ਚੌਕੀਦਾਰ ਨਾਲ ਜਾਣ ਫੇਰ ਕੀ ਕਰੋਗੇ ਸੋ ਇਹ ਸੂਈ ਸਾਇਦ ਮਾੜੀ ਗੱਲ ਹੈ ਪਰ ਸੂਈ ਸਾਇਦ ਜਿਹੜੇ ਆ ਤੱਥ ਸਾਹਮਣੇ ਆ ਨੇ ਕਿ ਉਨੇ ਇੱਕ ਕੁੜੀ ਸੀ ਫਿਰ ਦੁਬਾਰਾ ਕੁੜੀ ਪੀਜੀਏ ਚ ਦਾਖਲ ਹੋਣਾ ਇਹ ਅੱਥ ਹੈ ਜਾਂ ਨਹੀਂ ਹੈ ਇਹ ਜੇ ਵੀ ਮੈਂ ਕਹਦਾ ਕਿਉਂਕਿ ਸਾਡੇ ਇੱਕ ਸਮੱਸਿਆ ਆ ਗਈ ਹੈ ਕਿ ਤੰਤਰ ਹੋ ਗਿਆ ਮਾੜਾ ਇਹ ਲੋਕ ਝੂਠੇ ਕਾਗਜ਼ تیار ਕਰਨ ਆ ਕੇ ਜਾਂਦੇ ਨੇ ਮੈਂ ਜਿਹੜਾ ਯੂਨੀਵਰਸਿਟੀ ਵਾਲਾ ਉਹ ਜਸ਼ਨਦੀਪ ਆਲਾ ਮਾਮਲਾ ਸੀ ਉਹਦੇ ਚ ਵੀ ਦੇਖਿਆ ਇੱਕ ਕਾਲੀ ਤਾਰਾ ਲਿਖਿਆ ਹੋਇਆ ਤੋਂ ਮੈਨੂੰ ਲੱਗਦਾ ਉਸ ਦਾ ਉਹ ਪੁਰਾਣਾ ਹੋਵੇ ਤਾਜ਼ਾ ਲਿਖਿਆ ਹੋਇਆ ਜਿਵੇਂ ਵੀ ਬੱਚਿਆਂ ਨੇ ਕਾਫੀ ਸਾਰਿਆਂ ਨੇ ਸ਼ਿਕਾਇਤ ਕਰੀ ਹੈ ਪੁਰਾਣੀ ਡੇਟ ਚ ਲਿਖਿਆ ਹੋਇਆ ਮੈਨੂੰ ਆਲਗ ਬਾਬੇ ਅਸੀਂ ਕਿਤੇ ਨਾ ਕਿਤੇ ਆਪਣੇ ਭਰਮ ਤੋਂ ਕਰ ਗਏ ਪਰ ਮੈਨੂੰ ਕਿਸੇ ਨੇ ਪੁੱਛਿਆ ਨਾ ਕਿ ਵੀ ਇਹ ਜੇ ਝੂਠੀਆਂ ਝੂਠ ਨਹੀਂ ਲਿਖਣਾ ਚਾਹੀਦਾ ਸੱਚ ਦੇ ਉੱਤੇ ਲੜਾਈ ਕਰਨੀ ਚਾਹੀਦੀ ਹੈ ਝੂਠ ਦੇ ਉੱਤੇ ਲੜਾਈ ਦਾ ਕੋਈ ਫਾਇਦਾ ਨਹੀਂ ਤੁਸੀਂ ਜਿੱਤ ਵੀ ਜਾਂ ਤਾਂ ਵੀ ਕੋਈ ਫਾਇਦਾ ਨਹੀਂ ਤੂੰ ਸੱਚ ਦੇ ਉੱਤੇ ਲੜਾਈ ਕਰਨ ਦੀ ਬਜਾਏ ਆ ਵੀ ਮੈਨੂੰ ਝੂਠਾ ਲੱਗਦਾ ਸੱਚੀ ਗੱਲ ਤੁਹਾਨੂੰ ਦੱਸਾਂ ਜਿਹੜਾ ਵਿਦਿਆਰਥੀਆਂ ਨੇ ਪੁਰਾਣੀ ਗੇਟ ਚ ਕੋਈ ਦੇਖਿਆ ਤਾਜ਼ਾ ਮਿੱਲੀ ਨਹੀਂ ਸੀ ਹੈ ਕਿ ਉਹ ਵੀ ਮੈਨੂੰ ਝੂਠਾ ਲੱਗਦਾ ਪਰ ਉਹਨਾਂ ਤਰ੍ਹਾਂ ਦੀ ਗੱਲ ਗੱਲ ਸੱਚੀ ਹੈ ਤਾਂ ਕਿ ਜੀ ਝੂਠਾ ਲੱਗਦਾ ਰੰਮਣ ਚ ਕੋਈ ਦੱਤ ਉਹ ਨਹੀਂ ਆ ਵੀ ਗੱਲ ਝੂਠੀ ਹੋਵੇ ਸੋ ਜਦ ਝੂਠੀ ਗੱਲ ਭਾਵੇਂ ਤੁਹਾਡੀ ਗੱਲ ਸੱਚੀ ਹੈ ਪਰ ਤੁਸੀਂ ਕਾਗਜ਼ ਝੂਠਾ ਪੈਦਾ ਕਰਦੇ ਹੋ ਉਹਦੇ ਨਾਲ ਤੁਸੀਂ ਕਿਤੇ ਨਾ ਕਿਤੇ ਕਾਣੇ ਤਾਂ ਹੋਗੇ ਨਾ ਹਾਂ ਇਹ ਜ਼ਰੂਰ ਹੈ ਇਹ ਜੇ ਨਾਂ ਵੀ ਲਿਖਿਆ ਹੁੰਦਾ ਇਹ ਤੱਥ ਕੋਈ ਵੀ ਧਿਆਨ ਚ ਲਿਆ ਦਿੰਦਾ ਪੁਲਿਸ ਦੇ ਤਾਂ ਤੱਥ ਲਿਖਣੇ ਨੇ ਮੈਂ ਕਿਉਂ ਕਹਣਾ ਮੈਂ ਡਾਕਟਰੀ ਦੇ ਵਿੱਚ ਸਾਡੇ ਕੋਲ ਪੋਸਟਮਾਰਟਮ ਆਸ ਤੇ ਦੱਸ ਆਉਂਦੀਆਂ ਸੀ ਇੱਕ ਛੋਟੀ ਜੀ ਦੋ ਲਾਈਨਾਂ ਦੀ ਗੱਲ ਸੁਣਾ ਕੇ ਫਿਰ ਆਪਾਂ ਇਸ ਨੂੰ ਗੰਮਨ ਦੇ ਦੇਣਾ ਇੱਕ ਮੇਰੇ ਕੋਲ ਬਿਲਕੁਲ ਇਹੀ ਕਿਉਂਕਿ ਇਹ ਜਿਹੜੀ ਕਮਿਊਨਿਟੀ ਹੈ ਇਹਦੇ ਵਿੱਚ ਵੈਸੇ ਤਾਂ ਸਾਰਿਆਂ ਚ ਸਨ ਪ੍ਰੈਫਰੈਂਸ ਬਹੁਤ ਜ਼ਿਆਦਾ ਹੈ ਇੱਕ ਲਾਸ਼ ਆਈ 35 ਸਾਲ ਦੀ ਉਮਰ ਕੁੜੀ ਦੀ ਇਹਦੇ ਵਿੱਚ ਇੱਕ ਸਾਲ ਦੀ ਹੋਣੀ ਹੈ 35 ਸਾਲ ਦੀ ਉਮਰ ਕੁੜੀ ਦੀ ਉਹਦੇ ਬੱਚਾ ਕੋਈ ਹੋ ਨਹੀਂ ਰਿਹਾ ਸੀ ਉਹਨੂੰ ਮਾਰਤਾ ਜਿਮਨੀਕ ਪੁਲਿਸ ਨੇ ਦਿਖਾ ਹੋਇਆ ਸੀ ਵੀ ਉਹਦੇ ਚ ਆਰਡਰ ਚ ਜਿਹੜਾ ਡਾਕਟਰ ਦੀ ਸਾਨੂੰ ਕਿ ਇਹ ਮੈਂਟਲੀ ਪਰੇਸ਼ਾਨ ਰਹਿੰਦੀ ਸੀ ਇਹਦੇ ਬੱਚਾ ਕੋਈ ਹੁੰਦਾ ਨਹੀਂ ਸੀ ਇਹਨੇ ਖੁਦਕੁਸ਼ੀ ਕਰ ਲਈ ਇਹਦੇ ਘਰ ਵਾਲਾ ਬਾਹਰ ਗਿਆ ਸੀ ਜਦ ਆਇਆ ਉਹਨੇ ਬੂਹਾ ਖੜਕਾਇਆ ਕੋਲਿਆ ਨਹੀਂ ਤੇ ਫਿਰ ਉਹਨੇ ਖਿੜਕੀ ਤੋੜਤੀ ਦੇਖਿਆ ਬਾਹਰੋਂ ਲਟਕਦੀ ਸੀ ਉਹਨੇ ਢੰਗੀ ਨਾਲ ਲਾਸ਼ ਕੱਟ ਗਈ ਤੇ ਇੱਥੇ ਨਹੀਂ ਕਿ ਉਹ ਅਰ ਸਾਕਤ ਤਾਂ ਨਹੀਂ ਮੈਂ ਪੋਸਟਮਾਰਟਮ ਡਾਕਟਰ ਦੇ ਨਾਂ ਜਿਹਦੀ ਵਾਰੀ ਸੀ ਵਾਰੀਬ ਨਹੀਂ ਹੁੰਦੀ ਕੋਈ ਸਾਡੇ ਆਪ ਦੇ ਹੱਥ ਚ ਆਏ ਨਹੀਂ ਹੁੰਦਾ ਹਾਲਾਂਕਿ ਅਸੀਂ ਉਹ ਵਾਰੀਆਂ ਨਆਂ ਨਆਂ ਹੁੰਦੀਆਂ ਨੇ ਪਰ ਜੋ ਵਾਰੀ ਨੂੰ ਕੱਟ ਨਹੀਂ ਸਕਦੇ ਵੀ ਇਹ ਤੇ ਹੋ ਗਿਆ ਨਾ ਵੀ ਕਿਸੇ ਨੇ ਕਿਸੇ ਨੂੰ ਪੈਸੇ ਦਿੱਤੇ ਐਸਾ ਮਨੋਂ ਪੈਸੇ ਦਿੱਤੇ ਉਹ ਜਿਹਨੂੰ ਬਾਕੀ ਡਿਊਟੀ ਦਾ ਨਾ ਆਏ ਨੀ ਅਬ ਰਜਿਸਟਰ ਮਿਲਣਾ ਰਿਹਾ ਚਾਹੇ ਇਹ ਆਪ ਹੀ ਬਣਾਇਆ ਹੈ ਅਸੀਂ ਉਹ ਸਿਰ ਰਜਿਸਟਰ ਨਾਲ ਕਿਹੜੀ ਵਾਰੀ ਹੁੰਦੀ ਹੈ ਉਹ ਸਿਰ ਨੂੰ ਨਾਮ ਆਗੇ ਜਿੰਨਾ ਚਿਰ ਉੱਥੇ ਹਾਜ਼ਰ ਹੈ ਇਹ ਨਹੀਂ ਹੈ ਵਕਰੀਗਾ ਤੇ ਉਹਦੀ ਡਿਊਟੀ ਲਈ ਨਾਲ ਮੈਂ ਆਖੈਂ ਧਿਆਨ ਨਾਲ ਲਿਖੀ ਇਹ ਸੁਸਾਈਡ ਨਹੀਂ ਹੈ ਇਹ ਮਰਡਰ ਹੈ ਮੈਂ ਤਾਂ ਕਹਿਣਾ ਅਰ ਉਹ ਮਰਡਰ ਨਿਕਲੇ ਉਹਦਾ ਬਾਪ ਆ ਗਿਆ ਚਾਹ ਦੇ ਬਾਗਾਂ 'ਚ ਕੰਮ ਕਰਦਾ ਸੀ ਉਨੇ ਲਿਖਿਆ ਹੋਇਆ ਦਾਸ ਉਦੋਂ ਉਹ ਔਨਲਾਈਨ ਦਾ ਡਰਾਮਾ ਹੁੰਦਾ ਉਹਦੇ ਚ ਲਿਖਿਆ ਹੋਇਆ ਬਾਪੂ ਮੈਂ ਤੇਰੀ ਕਾਲੀ ਗੂ ਆ ਕੇ ਮੈਨੂੰ ਲੈ ਜਾ ਇਹ ਤਾਂ ਕਹਿੰਦੇ ਤਾਂ ਬੰਜਣਾ ਹੈ ਤਿੰਨ ਦਾ ਸੀ ਮਾਰ ਦੇਣਾ ਤੇ ਅਸੀਂ ਤਾਂ ਥਾਣੇਦਾਰ ਨੂੰ ਕਿੱਡਾ ਵੇਚ ਕੇ ਪੈਸੇ ਦੇਵਾਂਗੇ ਮੈਨੂੰ ਲੈ ਜਾ ਮੈਂ ਤੇਰੀ ਕਾਲੀ ਗੂ ਮੈਂ ਤੇਰੇ ਪੰਦੇ ਮਾਂ ਜੀ ਕੇ ਬਾਪੂ ਤੂੰ ਕਿੱਥੇ ਚਲ ਗਿਆ ਆਸਾਨ ਦੇ ਚਾਦੇ ਬਾਗਾਂ ਚ ਉਹਦਾ ਬਾਪ ਕੰਮ ਕਰਦਾ ਸੀ ਹਰ ਮਾਂ ਨੇ ਹੀ ਗਵਾਹੀ ਸੀ ਕੋਈ ਪਰੇਸ਼ਾਨ ਨਹੀਂ ਹੈ ਛੱਕੇ ਨਾ ਮੇਰੀ ਕਿਉਂਕਿ ਲੋਕਾਂ ਨੂੰ ਕਨਫਿਊਜ਼ ਕਰਕੇ ਹੋ ਰਿਹਾ ਇੱਥੇ ਤੁਹਾਡੇ ਸਨਾਰ ਪਟਿਆਲੇ ਦੇ ਵਿੱਚ ਬੰਦਾ ਮਾਰਿਆ ਸੀ ਪੁਸਟਮਾਨ ਦੇ ਵਿੱਚੋਂ ਫਿਰ ਵੀ ਹੋਈ ਗੱਲ ਹੋ ਗਈ ਬੀਮ ਲਾਈਨ ਨਹੀਂ ਲਈ ਤਾਂ ਇਹਨਾਂ ਬਾਪ ਮਾਰਦਾ ਉਹ ਮੁੰਡੇ ਤੇ ਕੇਸ ਪੜਦਾ ਮੁੰਡੇ ਨੇ ਮਾਰਿਆ ਮੁੰਡੇ ਨੂੰ ਥਾਣੇ ਚ ਮਰਵਾਤਾ ਉਦੋਂ ਮੁੜ ਕੇ ਕੁਝ ਨਹੀਂ ਨਿਕਲਿਆ ਰੌਣਾ ਇਹਦੇ ਇਹ ਦੋਸ਼ ਸੀਗਾ ਇਹ ਦੋਸ਼ਾਂ ਦੇ ਵਿੱਚੋਂ ਆਦਾਂ ਸੰਤਾਲਪੁਰ ਨੇ ਉਹ ਵੈਜੀਟੇਟਿਵ ਕਰਿਆ ਪਰ ਨਿਕਲਣਾ ਕੀ ਹੁੰਦਾ ਜਦ ਕਾਨੂੰਨ ਦੇ ਵਿੱਚ ਕੋਈ ਗੱਲ ਬੰਦੇ ਸੋ ਕਹਿਣਾ ਮੇਰਾ ਮਤਲਬ ਸਿਰਫ ਇਹਨਾ ਹੈ ਕਿ ਇਹ ਜਿਹੜੇ ਕਾਗਜ਼ ਹੈ ਇਹ ਬੜੀ ਮਾੜੀ ਘਟਨਾ ਹੋਈ ਹੈ ਇਹਦੀ ਤਫ਼ਤੀਸ਼ ਪੂਰੀ ਹੋਣੀ ਚਾਹੀਦੀ ਹੈ ਪਰ ਜੇ ਇਹ ਕਹਿਣਾ ਹੈ ਵੀ ਇਹ ਰਿਜ਼ਾਈਨ ਕਰਿਆ ਜਾਵੇ 1158 ਤੱਕ 31 ਗਲਤ ਤਾਂ ਹੈਗੀ ਸੀ ਉਹਦੇ ਕੋਈ ਦੋ ਰਾਏ ਨਹੀਂ ਹੈ ਜਿਨ੍ਹਾਂ ਨੂੰ ਮਰ ਗਈ ਜਿਹੜਾ 2 ਲੱਖ ਬੱਚਾ ਹੋਰ ਬੈਠਾ ਉਹਨਾਂ ਨੂੰ ਕੋਈ ਹੱਕ ਨਹੀਂ ਸੀ ਜਿਹੜੇ ਆਲਰੇਡੀ 20 ਸਾਲ ਤੋਂ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਸੀ ਸੋ ਇਨਸਾਫ ਦੇ ਨਾਲੋਂ ਪੱਤੀ ਹੋਈ ਹੀ ਨਹੀਂ ਉਹ ਬਣੀ ਕਾੜੀ ਕਰ ਰਹੇ ਸੀ ਉਹਨੇ ਸਾਰੇ ਨਿਯਮ ਤੋੜ ਕੇ ਹੋ ਰਹੀ ਸੀ ਉਹ ਮਾਨਯੋਗ ਹਾਈ ਕੋਰਟ ਨੇ ਠੀਕ ਕਰਿਆ ਹੋਇਆ ਬਾਕੀ ਗੱਲ ਐਲਪੀਐਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਸਮਾਂ ਦੱਸੇਗਾ ਕੀ ਇਹਨਾਂ ਲੋੜ ਕੀ ਸੀ ਲੋੜ ਇਹ ਹੈ ਕਿ ਸੁਇਸਾਈਡ ਹੋਣ ਦਾ ਕਾਰਨ ਕੀ ਹੈ ਕਾਹਨੇ ਹੈ ਧਰਤੀ ਗਲਤ ਕੋਈ ਉਹ ਗਲਤ ਧਰਤੀ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਯੂਨੀਵਰਸਿਟੀ ਦਾ ਕਾਹ ਵੀ ਰੌਲਾ ਪਿਆ ਹੋਇਆ ਸੀ ਜਾਂਚ ਕਰ ਲੈਣ ਆਏ ਤਾਂ ਫਿਰ ਇੱਕ ਗੁਰੂਕਾਂਸੀ ਯੂਨੀਵਰਸਿਟੀ ਕੁੜੀ ਨੇ ਸੁਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਹ ਇਹਨਾਂ دانشਮੰਦਾਂ ਨੇ ਜਿਨ੍ਹਾਂ ਨੇ ਹੁਣ ਕਿਹਾ ਵੀ ਮੰਤਰੀ ਡਿਜ਼ਾਈਨ ਕਰੇ ਇਹਨਾਂ دانشਮੰਦਾਂ ਨੇ ਇਹ ਹੀ ਤਾਂ ਕਿਹਾ ਨਹੀਂ ਵੀ ਉਹ ਵਾਈਸ ਚਾਂਸਲ ਜਾਂ ਉਥੋਂ ਦਾ ਡਾਇਰੈਕਟਰ ਜਿਹੜਾ ਵੀ ਲਾਇਆ ਹੋਇਆ ਹੈ ਉਹ ਰਿਜਾਈਨ ਕਰੇ। ਸੁਈਸਰਟੋਂ ਨੇ ਵੀ ਕਰੇ। ਸੁਈਸਰਟ ਨਹੀਂ ਹੋਇਆ ਮਤਲਬ ਸਾਹ ਮਾਰ ਗਿਆ ਉਹਨੇ ਸੁਈਸਰਟ ਵਾਸਤੇ ਨਾ ਤਾ ਵਹ ਹੰਟਡ ਕੀ। ਉਹ ਇਹਨਾਂ ਨੇ ਤੁਹਾਡੇ ਨੂੰ ਗੁਪਤ ਵੀ ਰੱਖਿਆ। ਮੈਂ ਤਾਂ ਵੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਬਹੁਤਾ। ਇੱਕ ਵਾਰਤ ਵੀ ਨਹੀਂ ਆਉਣ ਦਿੰਦੇ ਕਿਉਂਕਿ ਜੇ ਹਰ ਜਗ੍ਹਾ ਤੇ ਪਹੁੰਚ ਕਰ ਦੇਣ। ਜਿਹੜੀ ਉਹ ਪਹੁੰਚ ਆ ਹੁਣੀ ਹਰਜਿੰਦਰ ਕੌਰ ਦੇ ਬਿਆਨ ਨੇ ਸਾਡੇ ਸਾਹਮਣੇ ਦੱਸ ਹੀ ਦਿੱਤਾ। ਬਿਲਕੁਲ ਵੀ ਮੈਨੂੰ ਕਿੰਨਾ ਪਹੁੰਚ ਕਰਿਆ ਜੱਤ ਹਰਸ਼ਿੰਦਰ ਕੌਰ ਨੂੰ ਗਲਤ ਕਹਿ ਦੇਣਾ ਜਿਵੇਂ ਜਿਹੜਾ ਸੀ ਯੂਨੀਵਰਸਿਟੀ ਨੇ ਕਹਿੰਤਾ ਵੀ ਤੁਸੀਂ ਤਾਂ ਮੈਂਬਰੀ ਨਹੀਂ ਹੈ ਤੁਸੀਂ ਸਰਫੇਨਾ ਕੁਲੀਆਂ ਦੀ ਗੱਲ ਤੋਂ ਨਹੀਂ ਉਹਦੀ ਰਿਪੋਰਟ ਤੱਕ ਨਹੀਂ ਉਹਨੂੰ ਲਿਖਣ ਦੇ ਵਿੱਚ ਹਿਸਾਬ ਬਣਾਇਆ ਅਖਬਾਰਾਂ ਚ ਇਹ ਦੇਤਾ ਕਿ ਕਮੇਟੀ ਨੇ ਕਰਿਆ ਅਖਬਾਰਾਂ ਤੁਸੀਂ ਇਹ ਦੇ ਰਹੇ ਹੋ ਕਿ ਕਮੇਟੀ ਨੇ ਕਰਿਆ ਪਰ ਕਮੇਟੀ ਨੂੰ ਤੁਸੀਂ ਕਦੇ ਜਾਂਚੋਂ ਲਗਾ ਰਹੇ ਹੋ ਤੇ ਜੁਜਣ ਕਿਉਂਕਿ ਉਹ ਮੰਨੀ ਨਹੀਂ ਹੈ ਸੋ ਇਸ ਕਰਕੇ ਆਪਾਂ ਨੂੰ ਇਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਇਹ ਸੁਇਸਾਈਸਾਈਡ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਵਿੱਚ ਜਿੰਨੇ ਵੀ ਤੱਥ ਹੈਗੇ ਨੇ ਕਿ ਉਹ ਕਿਵੇਂ ਮਾਨਸਿਕ ਪ੍ਰੇਸ਼ਾਨ ਸੀ ਘਰ ਦਾ ਕੀ ਸੀ ਇੱਥੇ ਕੀ ਸੀ ਉਹਨੇ ਲਿਖਤਾ ਜਾਂਦੇ ਆਂਦੇ ਬਹੁਤ ਵਾਰੀ ਬਹੁਤ ਕੋਈ ਸੁਇਸਾਈਡ ਚ ਲੋਕ ਜਾਂਦੇ ਹੋਏ ਲਿਖ ਕੇ ਜਾਂਦੇ ਨੇ ਪਰ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ ਪਰ ਜਿਹੜਾ ਕੁਛ ਸੱਚ ਹੁੰਦਾ ਹੈ ਉਹ ਵੀ ਲਿਖ ਦਿੰਦੇ ਨੇ ਸੋ ਸੁਇਸਾਈਡ ਨੋਟ ਜਿਹੜਾ ਬਹੁਤ ਇੰਪੋਰਟੈਂਟ ਕਾਗਜ਼ ਹੁੰਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਆਲ ਉਹ ਪੂਰੇ ਦਾ ਪੂਰਾ ਉਹਨੂੰ ਡਾਈਇੰਗ ਡੈਕਲੇਸ਼ਨ ਟਾਈਟਲੀ ਮੰਨਿਆ ਜਾਂਦਾ ਹੈ ਮੇਰੇ ਉਹਦੇ ਵਿੱਚ ਜੋ ਕੁਝ ਲਿਖਾ ਹੋਵੇ ਤਾਂ ਤਾ ਹੀ ਕੋਈ ਕੰਨੀ ਮਹ ਜਰੂਰੀ ਹੁੰਦੀ ਆ ਜੇ ਤੱਥ ਗਿਖਤ ਨਾਲ ਮਿਲਦੇ ਹੋਣ ਤਾਂ ਦੋਸ਼ੀ ਸਾਫਤ ਹੋ ਜਾਂਦਾ ਸਿੰਦਾਈ ਹੁਣ ਪੁਲਿਸਾਂ ਕੀ ਕਰਦੀਆਂ ਨੇ ਪੁਲਿਸ ਜਿਆਦਾ ਤੱਕਾਂ ਵੀ ਖੋਜੀ ਨਹੀਂ ਕਰਦੀਆਂ ਜਾਂ ਜੇ ਵੰਨਣਾ ਹੋਵੇ ਤਾਂ ਖਾਲੀ ਬਿਨਾ ਫੋਜੀ ਵੰਨ ਦਿੰਦੀਆਂ ਨੇ ਜੇ ਛੱਡਣਾ ਹੋਵੇ ਤਾਂ ਵੀ ਬਿਨਾ ਖੋਜੀ ਛੱਡ ਦਿੰਦੀਆਂ ਨੇ ਪੁਲਿਸ ਉਸ ਨੋਟ ਦੇ ਕੰਟੈਂਟ ਲਈ ਕੋਈ ਨਹੀਂ ਜੁਟੀਏ ਹੁੰਦੀ ਆ ਤਫ਼ਤੀਸ਼ ਲਈ ਕਿ ਉਸ ਨੋਟ 'ਚ ਜੋ ਕੁਝ ਲਿਖਿਆ ਹੈ ਜਿਹੜਾ ਲੜਕੀ ਦੇ ਉਸ ਤੋਂ ਮਿਲੇਆ ਜਿਹੜੇ ਉਹਦੇ ਮੋਬਾਈਲ ਫੋਨ ਦੇ ਮੈਸੇਜ ਦੀ ਗੱਲ ਕਰੀ ਜਾ ਰਹੀ ਹੈ ਜਿਹੜੀ ਉਹਦੀ ਮੈਂਟਰ ਪਰੇਸ਼ਾਨੀ ਦੀ ਗੱਲ ਕਰੀ ਜਾ ਰਹੀ ਹੈ ਜਿਹੜਾ ਉਹਦਾ ਪੀਜੀਏ ਦੇ ਵਿੱਚ ਦਾਖਲ ਹੋਣਾ ਤੇ ਉਹਦੇ ਬੱਚੀ ਦਾ ਮੌਤ ਹੋਣਾ ਤੇ ਸਨ ਪ੍ਰੈਫਰੈਂਸ ਦੀ ਗੱਲ ਕਰੀ ਜਾ ਰਹੀ ਹੈ ਇਹਨਾਂ ਸਾਰੇ ਪੱਖਾਂ ਨੂੰ ਜਾਂਚ ਕਰਨ ਦੀ ਲੋੜ ਹੈ ਕਿ ਜਿੱਥੋਂ ਤੱਕ ਸਵਾਲ ਹੈ ਮੰਤਰੀ ਦਾ ਜੇ ਮੰਤਰੀ ਜ਼ਿੰਮੇਵਾਰ ਹੈ ਮੁੱਖ ਮੰਤਰੀ ਵੀ ਜ਼ਿੰਮੇਵਾਰ ਹੈ ਫਿਰ ਸਿਕੱਤਰ ਵੀ ਜ਼ਿੰਮੇਵਾਰ ਹੈ ਫਿਰ ਡੀਪੀਏ ਵੀ ਜ਼ਿੰਮੇਵਾਰ ਹੈ ਕਿਉਂਕਿ ਤਾਂ ਇੱਕ ਸਰਕਾਰ ਦਾ ਸਿਸਟਮ ਹੈ ਤੇ ਫਿਰ ਇਹ ਵਾਈਸ ਚਾਂਸਲਰ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਭਰਤੀ ਕਰਨੀ ਸੀ ਤੇ ਭੰਤ ਕਰੀ ਤੇ ਜਿਨ੍ਹਾਂ ਨੇ ਫਿਰ ਰੋਹਾ ਪਵਾਇਆ ਇਸ ਸਾਰੀ ਜ਼ਿੰਮੇਵਾਰੀ ਫਿਰ ਸਰਕਾਰ ਦੇ ਉੱਤੇ ਬਣਾਵਾ ਕਿ ਜਿਹੜਾ ਬਣਾਣਾ ਹੈ ਡੁੰਮੇਵਾਲ ਕੰਡਾ ਮੰਤਰੀ ਨੇ ਮੰਤਰੀ ਮੰਤਰੀ ਤਾਂ ਮੰਤਰੀ ਦੇ ਪੱਤੀ ਵਾਲੇ ਮੰਤਰੀ ਵੀ ਨਹੀਂ ਸੀ ਉਹ ਤਾਂ ਫੰਕਰੀ ਵੀ ਨਹੀਂ ਸੀ ਉਦੋਂ ਜਾਂ ਦੇ ਪਾਰਟੀ ਹੋਈ ਹੋਊ ਉਦੋਂ ਤਾਂ ਕੁਝ ਵੀ ਨਹੀਂ ਸੀ ਉਦੋਂ ਤਾਂ ਪ੍ਰਕਾਸ਼ ਸਿੰਘ ਸੀ ਗੱਲ ਮਾੜੀ ਹੋਈ ਹੈ ਪਰ ਜੇ ਦੇਖਣਾ ਹੋਵੇ ਤਾਂ ਇੱਕ ਤਾਂ ਪਾਰਟੀ ਦੇ ਉੱਤੇ ਜਿਹੜੇ ਉਦੋਂ ਦੇ ਸੈਕਟਰੀ ਸੀਗੇ ਉਦੋਂ ਦੇ ਮੰਤਰੀ ਸੀਗੇ ਫਿਰ ਜੇ ਐਂ ਦੋਸ਼ ਲਾਉਣਾ ਹੈ ਫਿਰ ਉਦੋਂ ਦੇ ਜਿਹੜੇ ਡਾਇਰੈਕਟਰ ਸੀਗੇ ਉਦੋਂ ਦੇ ਜਿਹੜੇ ਵਾਈਸ ਚਾਂਸਰ ਜਿਨ੍ਹਾਂ ਨੇ ਇੰਤਿਆਮ ਲਿਆ ਇਹਨਾਂ ਸਾਰਿਆਂ 'ਤੇ ਕੇਸ ਬਣਾਣਾ ਚਾਹੀਦਾ ਕਿਉਂਕਿ ਇਹ ਗੱਲ ਤਾਂ ਉੱਥੋਂ ਨਿਕਲੀ ਐ ਉਹ ਭਾਰਤੀ ਗਲਤ ਹੋਈ ਉਹਦੇ ਤੋਂ ਨਾ ਪਿਆ ਉਹਦੇ ਵਿੱਚ ਹਾਈ ਕੋਰਟ ਤੇ ਸੈਟਲਸਾਈਡ ਹੋਇਆ ਹਾਈ ਕੋਰਟ ਦੇ ਵਿੱਚ ਕੇਸ ਚੱਲਦੇ ਹੋਏ ਨਾਲ ਜਾਣ ਕੇ ਫੰਡਮੈਂਟ ਆਰਡਰ ਦਿੱਤੇ ਜੇ ਆਰਡਰ ਨਾ ਦਿੱਤੇ ਹੁੰਦੇ ਇਹ ਨੌਕਰੀਆਂ ਨਾ ਛੱਡ ਕੇ ਆਉਂਦੇ ਲੋਕ ਤਾਂ ਇਹਨਾਂ ਰੌਲਾ ਨਹੀਂ ਪੈਣਾ ਸੀ ਇਹਨਾਂ ਨੇ ਜਾਣ ਬੁੱਝ ਕੇ ਆਪਣੀ ਗਲਤੀ ਨੂੰ ਲੁਕਾਉਣ ਵਾਸਤੇ ਅਰਦਾ ਜੋ ਕੁਝ ਵੀ ਸਾਈਸ ਵੇਦੀ ਕਰੀ ਉਹਨਾਂ ਨੂੰ ਲੁਕਾਉਣ ਵਾਸਤੇ ਰਾਤੋਂ ਰਾਤ ਹਾਈ ਕੋਰਟ ਦੇ ਹੁਕਮਾਂ ਦੇ باوجود ਉਹਨਾਂ ਦੀ ਉਲੰਘਣਾ ਕਰਕੇ ਹੁਕਮਾਂ ਦੀ ਇਹਨਾਂ ਨੇ ਆਰਡਰ ਦਿੱਤੇ ਸੀ ਸੋ ਇਸ ਕਰਕੇ ਇਹ ਜਾਂਚ ਉਦੋਂ ਦੀ ਵੀ ਹੋਣੀ ਚਾਹੀਦੀ ਹੈ ਵੀ ਉਦੋਂ ਦੇ ਇਹਨਾਂ ਅਧਿਕਾਰੀਆਂ ਨੇ ਕੀ ਕਰਿਆ ਇਹ ਹੁਣ ਵੀ ਹੋਣੀ ਚਾਹੀਦੀ ਹੈ ਜਾਂਚ ਤੋਂ ਬਾਅਦ ਹੀ ਕੁਝ ਹੋਵੇ। ਜੀ ਬਿਲਕੁਲ ਬਿਲਕੁਲ ਜਾਂਚ ਬੜੀ ਜ਼ਰੂਰੀ ਹੁੰਦੀ ਹੈ ਡਾਕਟਰ ਸਾਹਿਬ ਕਿਸੇ ਵੀ ਗੱਲ ਦੀ ਅਸਲ ਸੱਚਾਈ ਤੱਕ ਪਹੁੰਚਣ ਦੇ ਲਈ। ਤੁਸੀਂ ਸਾਰਾ ਮਾਮਲਾ ਖੋਲ ਕੇ ਸਮਝਾਇਆ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ। ਜੀ ਥੈਂਕ ਯੂ।